ਤੇ ਝਾੜੀਆਂ ਕੋਲ ਵੱਡੇ ਆਦਮੀ ਦਿਸਣ ਲੱਗ ਪਏ। ਅੱਲਾਹੁ ਅਕਬਰ ਯਾ ਅਲੀ ਅੱਕਾ ਅੱਲਾਹੁ ਅਕਬਰ ਯਾ ਅਲੀ ਨਾਲ ਹੀ ਉਹਨਾਂ ਦੇ ਕੁਲਾੜੀਆਂ ਹੁੰਦੀਆਂ ਸਨ, ਕੁਲਾੜੀਆਂ ਉਹ ਉਛਾਲ ਰਹੇ ਸਨ ਔਰ ਬੜੇ ਮਤਲਬ ਯਾਨੀ ਐਗਰੈਸਿਵ ਸਨ, ਬੜੇ ਗੁੱਸੇ ਵਿੱਚ ਸਨ ਜਿਸ ਤਰ੍ਹਾਂ ਕਿ ਸਾਨੂੰ ਖਾਈ ਜਾਣਗੇ। ਅਤੇ ਸਾਡੇ ਵਾਸਤੇ ਇੱਕ ਨਵੀਂ ਗੱਲ ਸੀ ਕਿ ਸਦੀਆਂ ਤੋਂ ਅਸੀਂ ਉੱਥੇ ਲੋਕ ਰਹਿ ਰਹੇ ਸਨ ਕਿ ਹੋਇਆ ਕੀ ਹੈ। The Sikhs were heavily outnumbered by Muslims. Their biggest fear was that their women would be taken away, converted, and raped. ਇੱਕ ਮੁਸਲਮਾਨ ਸੀ, ਗੁਲਾਮ ਰਸੂਲ ਉਸਦਾ ਨਾਂ ਸੀ। ਉਸਨੇ ਇੱਕ ਲੜਕੀ ਦੀ ਡਿਮਾਂਡ ਕੀਤੀ ਕਿ ਇੱਕ ਲੜਕੀ ਮੈਨੂੰ ਦੇ ਦਿਓ ਅਤੇ ਅਸੀਂ ਸਾਰੇ ਲੋਕਾਂ ਨੂੰ, ਉਹ ਬਦਮਾਸ਼ ਟਾਈਪ ਦਾ ਆਦਮੀ ਸੀ ਔਰ ਅਸੀਂ ਸਾਰੇ ਲੋਕਾਂ ਨੂੰ ਇੱਥੋਂ ਹਟਾ ਦਿਆਂਗੇ। The women of the village went into hiding. Bir Bahadur Singh's father decided to act to save the honor of his village. His teenage son looked on. 10 saal to leke 40 saal di tak jehdiyan sunakhiyan san sade ilake ch badiyan auratan sunakhiyan hundiyan san, pahad da neem pahad da ilaka si te oh sab to pehla apne ab ਥੋੜ੍ਹਾ ਆਵਾਜ਼ ਮਾਰੀ ਸਭ ਤੋਂ ਪਹਿਲਾਂ ਆਪਣੀ ਬੇਟੀ ਨੂੰ, ਮਾਨ ਬੇਟਾ ਆ ਜਾ। ਮੇਰੀ ਭੈਣ ਮਾਨ ਕੌਰ ਜਿਹੜੀ ਸੀ, ਜਿਸਦੀ ਜਿਹੜੀ ਮੇਰੇ ਕੋਲ 2 ਸਾਲ ਵੱਡੀ ਸੀ, 18 ਔਰ 19 ਸਾਲ ਦੀ ਸੀ ਔਰ ਬੈਠ ਗਈ। ਮੇਰੇ ਪਿਤਾ ਜੀ ਨੇ ਖੰਡਾ ਕਰਨ ਲੱਗੇ ਅਤੇ ਉਹ ਵਾਰ ਜਿਹੜਾ ਸੀ ਉਹ ਲੱਗਿਆ ਨਾ, ਵਾਰ ਲੱਗਿਆ ਨਾ, ਰੱਬ ਜਾਣੇ ਮੋਹ ਆ ਗਿਆ ਔਰ ਕੀ ਹੋ ਗਿਆ। ਮੇਰੀ ਭੈਣ ਨੇ ਆਪਣੀ ਗੁੱਤ ਇੰਜ ਕੀਤੀ ਔਰ ਮੇਰੇ ਪਿਤਾ ਜੀ ਨੇ ਬੜੇ ਗੁੱਸੇ ਨਾਲ ਉਹਦਾ ਦੁਪੱਟਾ ਇੰਜ ਕੀਤਾ ਔਰ ਮੋਹਰੀ ਕਿਰਪਾਨ ਔਰ ਸਿਰ ਉਹ ਪਰੇ ਸੀ ਪਿਆ। ਉਹ ਦੋਵੇਂ ਚਾਚਾ ਭਤੀਜਾ ਨੇ, ਮੇਰੇ ਇੱਕ ਹੋਰ ਤਾਇਆ ਜੀ ਵੀ ਉੱਪਰ ਸਨ ਜਿਨ੍ਹਾਂ ਦਾ ਕਾਫੀ ਵੱਡਾ ਸਰੀਰ ਸੀ, ਉਹਨਾਂ ਸਾਰਿਆਂ ਨੇ ਕੱਟਣਾ ਸ਼ੁਰੂ ਕੀਤਾ। ਖਟ 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 ਦੀ ਆਵਾਜ਼ ਆਉਣ ਸੀ। ਮੈਂ ਯਕੀਨ ਜਾਣ ਕੇ ਜਾਂਦਾ, 60 ਸਾਲ ਮੈਨੂੰ ਅੱਜ ਦੀ ਯਾਦ ਹੈ, ਕਿਸੇ ਨੇ ਹਾਈ ਨਹੀਂ ਕੀਤੀ, ਬਸ ਵਾਹਿਗੁਰੂ ਦੀ ਆਵਾਜ਼ ਆਉਂਦੀ ਰਹੀ ਹੈ। ਕਿਸੇ ਨੇ ਹਾਈ ਨਹੀਂ ਕੀਤੀ, ਕੋਈ ਨੱਸੀ ਨਹੀਂ, ਕਿਸੇ ਨੇ ਰੋਲਾ ਨਹੀਂ ਪਾਇਆ। Such scenes were repeated throughout the western Punjab in March and April 1947.